50 ਸਾਲ ਪੁਰਾਣੀ ਸੀਟ ਜਿਹੜੀ ਕਾਂਗਰਸ ਕੋਲੇ ਸੀ ਉਹ ਤੁਸੀਂ 50 ਸਾਲ ਪੁਰਾਣੇ ਤੰਬੂ ਪੱਟ ਤੇ ਤੇ ਆਮ ਆਦਮੀ ਪਾਰਟੀ ਨੇ ਜੜਾ ਲਾ ਪਿਆ ਜਲੰਧਰ ਚ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਪਰ ਜੇ ਲੱਖ ਚੋਂ ਰੁਪਿਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਵੋਟਾਂ ਪਾਈਏ ਵੋਟਾਂ ਪਾ ਕੇ ਚੰਗੇ ਬੰਦੇ ਲੈ ਕੋ ਚਲ ਆਪਾਂ ਕੀ ਲੈਣਾ ਹੈ ਹਰ ਗੱਲ ਤੇ ਕਹਿੰਦੇ ਚਲ ਆਪਾਂ ਕੀ ਲੈਣਾ ਹੈ ਕਿਉਂ ਨਹੀਂ ਲੈਣਾ ਬਈ ਆਪਣਾ ਮੁਲਕ ਹੈ ਆਪਾਂ ਹਸਾਬ ਲੈਣਾ ਇਹਨਾਂ ਤੋਂ ਕਿ 50 ਸਾਲ ਪੁਰਾਣੀ ਸੀਟ ਜਿਹੜੀ ਕਾਂਗਰਸ ਕੋਲੇ ਸੀ ਉਹ ਤੁਸੀਂ 50 ਸਾਲ ਪੁਰਾਣੇ ਤੰਬੂ ਪੱਟ ਤੇ ਆਮ ਆਦਮੀ ਪਾਰਟੀ ਨੇ ਜੜਾ ਲਾਤੀਆਂ ਜਲੰਧਰ ਚ ਪਰ ਇੱਕ ਕੰਮ ਤੁਸੀਂ ਹਜਾ ਕਰਤਾ ਜਿਹਦੇ ਵਾਸਤੇ ਤੁਹਾਡਾ ਨਾਮ ਇਤਿਹਾਸ ਚ ਲਿਖਿਆ ਜਾਊਗਾ ਹਿਸਟਰੀ ਚ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਸੀ ਲੋਕ ਆਪਣਾ ਵਿਧਾਨ ਸਭਾ ਚ 7 ਸੀ ਰਾਜ ਸਭਾ ਉਹ ਕਹਿੰਦੇ ਆ ਨਾ ਕਹਿੰਦੇ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਬਾਬਾ ਜੀ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਪਰ ਜੇ ਲੱਖ ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਤੁਸੀਂ ਕੀ ਕੀਤਾ 92 ਦੇ 7 99 ਸੀ ਸਾਡੇ ਕੋਲੇ ਲੋਕ ਸਭਾ ਚ ਤਾਂ ਕੋਈ ਹੈ ਨਹੀਂ ਸੀ ਰਾਜ ਸਭਾ ਸੱਤ ਸੀ ਵਿਧਾਨ ਸਭਾ ਚ ਪੰਜਾਬ ਤੋਂ ਇੱਥੋਂ 92 ਸੀ ਸੋ ਸੱਤ ਰਾਜ ਸਭਾ ਸੀ 99 ਸੀ ਤੁਸੀਂ ਰਿੰਕੂ ਨੂੰ ਜਿਤਾ ਕੇ ਸੈਂਚਰੀ ਲਾਤੀ ਆਮ ਆਦੀ ਪਾਰਟੀ ਦੀ ਪੰਜਾਬ ਚੋਂ ਤੁਸੀਂ 99 ਤੇ 100 ਦਾ ਫਰਕ ਕੱਢਤਾ ਤੁਸੀਂ ਸੈਂਚਰੀ ਲਾਤੀ ਸੋ ਪੰਜਾਬ ਚੋਂ ਪਹਿਲਾ ਚੌਕਾ ਵੀ ਪੰਜਾਬ ਚ ਲੱਗਿਆ ਸੀ ਚਾਰ ਜਿੱਤੇ ਸੀ ਜਦੋਂ 2014 ਚ ਪਹਿਲਾ ਚੌਕਾ ਵੀ ਪੰਜਾਬ ਚੋਂ ਪਹਿਲੀ ਸੈਂਚਰੀ ਵੀ ਪੰਜਾਬ ਚੋਂ ਇਹ ਪੰਜਾਬ ਹੈ ਜੀ ਜਦੋਂ ਫਿਰ ਉੱਠ ਖੜੇ ਤਾਂ ਫਿਰ ਇਹ ਪਿੱਛੇ ਮੁੜ ਕੇ ਨਹੀਂ ਦੇਖਦਾ ਨਵੇਂ ਇਨਕਲਾਬ ਵਾਸਤੇ ਤਿਆਰ ਰਹਿੰਦਾ ਇਹ ਪੰਜਾਬੀ ਨੇ ਇਹਨਾਂ ਨੂੰ ਅੰਡਰ ਐਸਟੀਮੇਟ ਕਰਨ ਦੀ ਕੋਸ਼ਿਸ਼ ਨਾ ਕਰਿਓ ਬਸ ਇਹਨਾਂ ਨੂੰ ਪਿਆਰ ਨਾਲ ਦਿਲ ਜਿੱਤ ਲਓ ਪਰ ਕਦੇ ਇਹਨਾਂ ਨਾਲ ਕੋਈ ਛਲਕਾ ਪਟ ਕਰੋਗੇ ਫਿਰ ਰਿਐਕਸ਼ਨ ਵੀ ਇਹਨਾਂ ਤੋਂ ਮਾਰਾ ਕੋਈ ਨਹੀਂ ਹੁੰਦਾ ਆਹੀ ਰੋਡ ਹੈ ਜੀ ਜਿੱਥੋਂ ਲੁਟੇਰੇ ਜਾਂਦੇ ਰਹੇ ਆ ਦਿੱਲੀ ਲੁੱਟਣ ਤੇ ਸਾਡੇ ਬਜ਼ੁਰਗਾਂ ਨੂੰ ਦੋ ਵਾਰੀ ਲੜਨਾ ਪੈਂਦਾ ਸੀ ਇੱਕ ਵਾਰੀ ਇੱਥੋਂ ਦਿੱਲੀ ਨੂੰ ਜਾਂਦੇ ਹੋਏ ਇੱਕ ਵਾਰੀ ਜਦੋਂ ਦਿੱਲੀ ਲੁੱਟ ਕੇ ਮੁੜਦੇ ਸੀ ਉਦੋਂ ਆਉਂਦੇ ਹੋਏ ਦੋ ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਲੱਡ 'ਚ ਜਿਹੜਾ ਉਹ ਫਾਈਟ ਹੈ ਵੀ ਆਰ ਫਾਈਟਰਸ ਅਸੀਂ ਜਨਮ ਤੋਂ ਹੀ ਫਾਈਟਰ ਆ ਦੇਸ਼ ਨੂੰ ਯਾਦ ਕਰਾਉਣ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਦੇਸ਼ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਸਾਡਾ ਤੋ ਜਦੋਂ ਦੇਸ਼ ਦੇ ਵਿੱਚ ਕੋਈ ਰਾਜਨੀਤੀ ਦੀ ਬਦਲਾਅ ਦੀ ਨੇਰੀ ਆਈ ਉਹ ਵੀ ਪੰਜਾਬ ਚੋਂ ਉੱਠੀ ਆ ਫਿਰ ਸੋ ਇਸ ਕਰਕੇ ਸੈਂਚਰੀ ਤੁਸੀਂ ਪੂਰੀ ਕਰਤੀ ਤੇ ਹੁਣ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਹ ਸੈਂਚਰੀ ਦਾ ਜਲੰਧਰ ਵਾਸੀਆਂ ਵੱਲ ਵਿਕਾਸ ਵਾਲਾ ਬੱਲਾ ਚੱਕ ਕੇ ਉਹਨਾਂ ਦਾ ਧੰਨਵਾਦ ਕਰੀਏ ਕਿ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਇਨਾ ਮਾਨ ਸਤਿਕਾਰ ਦਿੱਤਾ ਔਰ ਮੈਂ ਤਾਂ ਇਹ ਵੀ ਕਹਤਾ ਸੀਗਾ ਕਿ ਜੇ 10 ਮਹੀਨੇ ਆ ਬਾਅਦ ਕੋਈ ਕੰਮ ਨਾ ਹੋਇਆ ਤਾਂ 10 ਮਹੀਨੇ ਬਾਅਦ ਵੋਟਾਂ ਮੰਗਣ ਨਹੀਂ ਆਉਂਦੇ ਫਿਰ ਨਾ ਪਾਇਓ ਸਾਨੂੰ ਵੋਟਾਂ ਜੇ 10 ਮਹੀਨਿਆਂ ਚ ਵੀ ਕੰਮ ਨਾ ਕੀਤਾ ਸੋ ਮੇਰੇ ਵਾਦਾ ਯਾਦ ਆਉ। ਵੀਰੋ ਜੇ ਕਿਤੇ ਆਪਾਂ ਐ ਨਾ ਕਿਹਾ ਕਰੋ ਜੇ ਕੋਈ ਕਹਈਏ ਵੀ ਇੱਥੇ ਜਾ ਰ ਐ ਹੋਈ ਜਾਂਦਾ ਵੋਟਾਂ ਪਾਈਏ ਵੋਟਾਂ ਪਾ ਕੇ ਚੰਗੇ ਬੰਦੇ ਲੈ ਚਲ ਆਪਾਂ ਕੀ ਲੈਣਾ ਹਰ ਗੱਲ ਤੇ ਕਹਿੰਦੇ ਨਾ ਚਲ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਭਾਈ ਆਪਣਾ ਮੁਲਕ ਹੈ ਆਪਾਂ ਹੱਕ ਲੈਣਾ ਇਹਨਾਂ ਤੋਂ ਜੇ ਸ਼ਹੀਦ ਸਾਡੇ ਯੋਧੇ ਇਹ ਸੋਚਣ ਲੱਗਦੇ ਆਪਾਂ ਕੀ ਲੈਣਾ ਫਿਰ ਦੇਸ਼ ਯਾਦ ਹੋ ਜਾਂਦਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਰਾਜਗੁਰੂ ਸੁਖਦੇਵ ਭਗਤ ਸਿੰਘ ਸਾਰੇ ਇਕੱਠੇ ਜਦੋਂ ਇਨਕਲਾਬ ਦੇ ਵਿੱਚ ਸੀ ਤਾਂ ਜਿਹੜਾ ਰਾਜਗੁਰੂ ਸੀ ਉਹ ਕੁਝ ਲਿਖਦਾ ਨਹੀਂ ਸੀ ਸ਼ਹੀਦ ਆਜ਼ਮ ਭਗਤ ਸਿੰਘ ਤਾਂ ਐਡੀਟੋਰੀਅਲ ਵੀ ਲਿਖਦੇ ਰਹਿੰਦੇ ਸੀ ਅਖਬਾਰਾਂ 'ਚ ਲੇਖ ਲਿਖਦੇ ਰਹਿੰਦੇ ਸੀ ਉਹ ਤਾਂ ਸ਼ੇਅਰ ਲਿਖਦੇ ਰਹਿੰਦੇ ਸੀ ਉਹ ਤਾਂ ਬਹੁਤ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਬਹੁਤ ਮੈਟਰ ਲਿਖਦੇ ਰਹਿੰਦੇ ਸੀ ਰਾਜਗੁਰੂ ਨੇ ਕੁਝ ਲਿਖਦਾ ਸੀ 19 ਤੋਂ 20 ਸਾਲ ਦੀ ਉਮਰ ਸੀ ਉਸ ਵੇਲੇ 20 ਦੀ ਹੋਣੀ ਤਾਂ ਇੱਕ ਦੂਜੇ ਨੂੰ ਮਜ਼ਾਕ ਕਰਦੇ ਸੀ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ ਯਾਰ ਤਾਂ ਰਾਜਗੁਰੂ ਪੂਨੇ ਤੋਂ ਸੀ ਹਿੰਦੀ ਬੋਲਦਾ ਸੀ ਤਾਂ ਰਾਜਗੁਰੂ ਕਹਿੰਦਾ ਮੈਂ ਵੀ ਕਦੇ ਕੁਝ ਲਿਖੂਗਾ ਭਗਤ ਸਿੰਘ ਔਰ ਉਸ ਕੋ ਵੀ ਲੋਕ ਕبھی ਸਟੇਜ ਪਰ ਪੜ ਕੇ ਸੁਣਾएंगे ਉਹ ਹੱਸ ਪੈਂਦੇ ਸੀ ਲੈ ਤੂੰ ਲਿਖੇਗਾ ਕੁਝ ਚਲੋ ਜੀ ਕਰਦੇ ਕਰਾਉਂਦੇ ਫਾਂਸੀ ਦੀ ਸਜ਼ਾ ਹੋਗੀ ਜੇਲ੍ਹ 'ਚ ਇਕੱਠੇ ਹੋਗੇ ਰਾਜਗੁਰੂ ਨੂੰ ਫੇਰ ਪੁੱਛਿਆ ਕਰਨ ਸੁਖਦੇਵ ਤੇ ਭਗਤ ਸਿੰਘ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਕਦੋਂ ਲਿਖੇਗਾ ਕਹਿੰਦਾ ਲੇਕਿਨ ਲਿਖੂਗਾ ਇੱਕ ਦਿਨ ਯਾਰ ਕੁਝ ਤਾਂ ਲਿਖੂਗਾ ਚਲੋ ਜੀ ਕੇਸ ਚੱਲਦਾ ਰਿਹਾ ਚੱਲਦਾ ਰਿਹਾ ਫਾਂਸੀ ਵਾਲਾ ਦਿਨ ਆ ਗਿਆ अर्ਲੀ ਮਾਰਨਿੰਗ 3 ਵਜੇ ਠਾਲੇ ਕਿ ਫਾਂਸੀ ਹੈ ਜੀ ਨਾ ਉਹ ਨਵਾਉਂਦੇ ਆ ਪਹਿਲਾਂ ਫਾਂਸੀ ਤੋਂ ਤਾਂ ਫੇਰ ਕੀ ਆ ਭਗਤ ਸਿੰਘ ਹੋਰਾਂ ਨੇ ਕੁਝ ਲਿਖਿਆ ਕਹਿੰਦਾ ਲਿਖੂਗਾ ਕਹਿੰਦਾ ਖੱਬ ਕਹਿੰਦਾ ਬਸ ਅ ਵੀ ਲਿਖਤਾ ਹੂੰ ਇੱਕ ਜਿਹੜਾ ਆਇਆ ਸੀਗਾ ਹੌਲਦਾਰ ਹੈਗਾ ਤਾਂ ਇੰਡੀਅਨ ਸੀ ਪਰ ਬ੍ਰਿਟਿਸ਼ ਫੌਜ ਦੇ ਵਿੱਚ ਸੀਗਾ ਉਹ ਉਹਨੂੰ ਕਹਿੰਨਾ ਯਾਰ ਇੱਕ ਕੋਲਾ ਲਿਆ ਕੇ ਦੇ ਦੇ ਆਖਰੀ ਇੱਛਾ ਹੈ ਕੁਝ ਲਿਖਣਾ ਹੈ ਕਿਉਂਕਿ ਫਾਂਸੀ ਵਾਲਿਆਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਉਹਨੇ ਕਿਹਾ ਚਲੋ ਯਾਰ ਆਖਰੀ ਇੱਛਾ ਹੈ ਅੱਧੇ ਘੰਟੇ ਬਾਅਦ ਤਾਂ ਫਾਂਸੀ ਹੋ ਜਾਣੀ ਹੈ ਉਹਨੇ ਕੋਲਾ ਲਿਆ ਕੇ ਦਿੱਤਾ ਲਾਹੌਰ ਦੀ ਸੈਂਟਰਲ ਜੇਲ ਦੇ ਬੈਰਕ ਦੀ ਕੰਨ ਤੇ ਦੋ ਲਾਈਨਾਂ ਲਿਖ ਕੇ ਗਿਆ ਜੀ ਰਾਜਗੁਰੂ ਅੱਜ ਜਰਾ ਸਮਝ ਵੀ ਲਿਓ ਤੇ ਜਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਵੀ ਦਿਓ ਦੋ ਲਾਈਨਾਂ ਲਿਖ ਕੇ ਗਿਆ ਕੀ ਲਾਈਨਾਂ ਸੀ ਉਹ ਰਾਜ ਰਾਜਗੁਰੂ ਨੇ ਲਿਖਿਆ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਪੇ ਨੇ ਪਾਲਾ ਥਾ ਦੁੱਖ ਸਹਿਕਰ ਇਹਨਾਂ ਲਿਖਿਆ ਅੱਧੇ ਘੰਟੇ ਵਿੱਚ ਫਾਂਸੀ ਹੋ ਵੀ ਬਾਈ ਸਾਨੂੰ ਪੜ੍ਹਾਏ ਨਹੀਂ ਜਾਂਦਾ ਇਹ ਕਿਸੇ ਸਿਲੇਬਸ 'ਚ ਹੀ ਨਹੀਂ ਇਹ ਕਿ ਸਾਡੇ ਸ਼ਹੀਦਾਂ ਨੇ ਕਿੰਡੀਆਂ ਕੁਰਬਾਨੀਆਂ ਕੀਤੀਆਂ ਪਹਿਲੀਆਂ ਤੇ ਆਖਰੀ ਦੋ ਲਾਈਨਾਂ ਕਦੇ ਕਿਸੇ ਨੇ ਇਹ ਤੋਂ ਪਹਿਲਾਂ ਦੱਸੀਆਂ ਤੁਹਾਨੂੰ ਪੜ੍ਹਾਉਂਦੇ ਹੀ ਨਹੀਂ ਸਾਨੂੰ ਹੋਰ ਹੀ ਕੁਝ ਪੜ੍ਹਾਏ ਜਾਂਦੇ ਆ ਸ਼ਹੀਦਾਂ ਬਾਰੇ ਦੱਸਦੇ ਹੀ ਨਹੀਂ ਗੁਰੂਆਂ ਬਾਰੇ ਦੱਸਦੇ ਹੀ ਨਹੀਂ ਕਿ ਕਿਹੜੇ-ਕਿਹੜੇ ਕੁਰਬਾਨੀਆਂ ਕੀਤੀਆਂ ਸੀ ਆਪਦਾ ਹੀ ਸਿਲੇਬਸ ਵਿੱਚ ਫਿੱਟ ਕਰੀ ਜਾਂਦੇ ਆ ਇਹ ਸੋ ਇਸ ਕਰਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਵੀ ਕਰਦੇ ਆ ਤੇ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੀ ਹੈ ਉਹ ਵੀ ਕਰ ਕਰ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਮੈਨੂੰ ਅਖਬਾਰ 'ਚ ਆਪਣਾ ਨਾਮ ਛਪਾਉਣ ਦਾ ਚਾਹ ਨਹੀਂ ਕੋਈ ਮੈਨੂੰ ਟੀਵੀ ਤੇ ਆਉਣ ਦਾ ਚਾਹ ਨਹੀਂ ਸਾਰੇ ਚਾਹ ਤੁਸੀਂ ਮੇਰੇ ਪਹਿਲਾਂ ਹੀ ਪੂਰੇ ਕਰ ਦਿੱਤੇ ਸੀ ਹੁਣ ਤਾਂ बस ਇੱਕੋ ਹੀ ਚਾਹ ਹੈ ਕਿ ਪੰਜਾਬ ਮੇਰੀਆਂ ਅੱਖਾਂ ਸਾਹਮਣੇ ਰੰਗਲਾ ਪੰਜਾਬ ਬਣ ਜਾਏ ਗਿੱਧੇ ਪੰਗੜੇ ਪੈਣ ਲੋਕ ਖੁਸ਼ ਹੋਣ ਕਿਸਾਨ ਖੁਸ਼ ਹੋਵੇ ਸਟੂਡੈਂਟਾਂ ਨੂੰ ਵਧੀਆ ਪੜ੍ਹਾਈ ਮਿਲੇ ਇੱਥੇ ਡਿਗਰੀ ਮਿਲੇ ਇੱਥੇ ਹੀ ਨੌਕਰੀ ਮਿਲੇ ਤੇ ਵਪਾਰ ਜਿਹੜਾ ਉਹ ਬਦੇ ਫੁੱਲੇ ਤੇ ਸਾਡਾ ਪੰਜਾਬ ਤਰੱਕੀ ਕਰੇ ਇਹੀ ਵਸ ਇੱਕ ਤਮੰਨਾ ਔਰ ਮੈਨੂੰ ਉਮੀਦ ਹੈ ਕਿ ਪਰਮਾਤਮਾ ਇਹ ਮੈਨੂੰ ਸਮੱਤ ਬਖਸ਼ੇ ਕਿ ਮੇਰੇ ਹੱਥੋਂ ਕੋਈ ਗਲਤ ਫੈਸਲਾ ਨਾ ਹੋਵੇ ਮੇਰੇ ਹੱਥੋਂ ਜੋ ਫੈਸਲਾ ਹੋਵੇ ਉਹਦੇ ਨਾਲ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਆਉਣ ਇਹੀ ਮੈਂ ਹਰ ਵਕਤ ਦੁਆ ਕਰਦਾ ਤੁਸੀਂ ਇੰਨੀ ਮਾਨ ਸਤਕਾਰ ਇੱਜ਼ਤ ਨਾਲ ਮੈਨੂੰ ਸੁਣਿਆ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀਆਂ ਔਰ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਮਿਲਦੇ ਰਵਾਂਗੇ ਤੇ ਜਦੋਂ ਮਰਜੀ ਤੁਸੀਂ ਵੀ ਆ ਜਾਓ ਜਦੋਂ ਮਰਜੀ ਕੋਈ ਕੰਮ ਹੋਵੇ ਸਰਕਾਰਾਂ ਤੁਹਾਡੇ ਦਵਾਰ ਨੇ ਤੁਹਾਡੇ ਨੇੜੇ ਹੀ ਰਹਿੰਦੀ ਹੈ ਸਰਕਾਰ ਮੋੜੇ ਤੋਂ ਫੜਕੇ ਰੋਕ ਲਿਓ ਬਾਹਾਂ ਤੋਂ ਫੜਕੇ ਰੋਕ ਲਿਓ ਕੋਈ ਗਲਤੀ ਕਰਦੇ ਹੋਈ ਹੈ ਤਾਂ ਵੀ ਸਾਨੂੰ ਦੱਸ ਦਿਓ ਸੁਝਾਅ ਵੀ ਦੇ ਦਿਓ ਤੇ ਕੋਈ ਤੁਹਾਡਾ ਆਪਣੀਆਂ ਸ਼ਿਕਾਇਤਾਂ ਨੇ ਉਹ ਵੀ ਦੱਸ ਦਿਓ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲੂਡ ਇਨਕਲੂਡ ਬੋਲੇ ਸੋਨਿਹਾਲ